ਰੋਜ਼ਸ ਸੁਖਸ਼ੀਤਾ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ। ਬਹੁਤ ਹੀ ਪੰਜਾਬੀ ਸਾਹਿਤ ਦਾ ਰੰਗ ਚੜਿਆ ਹੋਇਆ ਸਾਰਿਆਂ ਦੇ ਚਿਹਰਿਆਂ 'ਤੇ ਅਤੇ ਬੜਾ ਉਮਦਾ ਗਜ਼ਲ ਗੀਤ ਸਾਰੇ ਸੁਣ ਰਹੇ ਹੋ। ਸੋ ਮੈਂ ਚਾਂਦ ਸਾਹਿਬ ਦੀ ਰਚਨਾ ਇੱਕ ਗੀਤ ਕਾਵਿ ਦੇ ਰੂਪ ਨੂੰ ਕਰ ਰਿਹਾ ਅਤੇ ਮੈਨੂੰ ਖੁਸ਼ੀ ਹੋਈ ਹੈ। ਮੋਗਾ ਜ਼ਿਲ੍ਹੇ 'ਚ ਮੇਰਾ ਪਿੰਡ ਆ, ਸਾਡੇ ਦੋ ਪਿੰਡ ਨੇ, ਰੋਡੇ ਅਤੇ ਲੰਡੇ। ਅੱਜ ਰੋਡਿਆਂ ਦੀ ਵੀ ਹਾਜ਼ਰੀ ਲੱਗ ਗਈ ਅਤੇ ਲੰਡਿਆਂ ਦੀ ਵੀ ਲੱਗੀ। ਸੋ ਨਾਲ ਹੀ ਮੈਂ ਜੀ ਆਇਆ ਆਖਦਾ ਮੇਰੇ ਵੱਡੇ ਬਾਈ ਜੀ ਪੰਜਾਬ ਦੀ ਵਿਰਸੇ ਦੀ ਵਾਰਸ ਦੁਗਾਣਾ ਜੋੜੀ ਦੇ ਪ੍ਰਸਿੱਧ ਕਲਾਕਾਰ ਰਾਈਟਰ, ਜਿਨ੍ਹਾਂ ਦੀ ਕਲਮ 'ਚੋਂ ਸਦੂਰ ਭਾਅ ਜੀ ਉਹਨਾਂ ਨੇ ਬੜੇ ਕਮਾਲ ਗੀਤ ਗਾਏ, ਫਿਰ ਉਹਨਾਂ ਨੇ ਆਪ ਦੁਗਾਣਾ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਅਤੇ ਅਸੀਂ ਤਕਰੀਬਨ 15-20 ਸਾਲ ਪਹਿਲਾਂ ਦੇ ਇਕੱਠੇ ਸ਼ੋਅ ਵੀ ਕਰਦੇ ਆ ਰਹੇ ਹਾਂ ਅਤੇ ਅੱਜ ਕੈਨੇਡਾ ਦੀ ਧਰਤੀ 'ਤੇ ਭਾਅ ਜੀ ਪਹੁੰਚੇ ਆ। ਇਹਨਾਂ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਇੱਕ ਰੀਜੀ ਹੋਇਆ। ਸੋ ਕੋਸ਼ਿਸ਼ ਕਰਦਾ ਚਾਂਦ ਸਾਹਿਬ ਛਾਵੀਂ ਪੈ ਆਵਾਂਗੇ ਉਹਨਾਂ
ਧੰਨਵਾਦ।